हाँ जी भाजी, मेरा नाम राघव अग्रवाल है जी। मेरे छोटा भरा है ऋषभ अग्रवाल। साड़ी भांडे दुकान हैगी शहीदा साहब लागे। इन्हों ने एक पराग के अंशु लगे जी, दो भरा इन्होंने लारेंस रोड मिठाई का काम किया। इन्हों की फैक्ट्री हैगी बाल कलां दे विच, मजीठा पिंड कितने बाल कलां दे विच। उत्थे इन्हू बुला के पेमेंट देने के बहाने तेनू अंदर लैके जाके 25-30 जने कट्ठे कुटिया जे पेमेंट ना देने की खातिर। तो उन्हू सट्टा मारियां काफ़ी, तुसी जिवें अंदर वेख चुके जे। तो ਅਸੀਂ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਪੂਰੀ ਆਪਣਾ ਇਨਸਾਫ ਮੰਗਦੇ ਜੀ। ਮਾਮਲਾ ਹੈ ਭਾਅ ਜੀ, ਇੱਕ ਮਿਠਾਈ ਦੀ ਦੁਕਾਨ ਖੁੱਲ੍ਹੀ ਨਵੀਂ ਲਾਰੈਂਸ ਰੋਡ 'ਤੇ ਬਿਜਲੀ ਭਲਵਾਨ ਮੰਦਿਰ ਦੇ ਬਾਹਰ, ਬਰਫੀ ਨਾਮ ਦੀ। ਭਾਅ ਜੀ ਅੱਜ ਤੋਂ 3 ਮਹੀਨੇ ਪਹਿਲੇ ਤੋਂ ਮੇਰਾ ਜਾਣ ਡਿਆ ਉਹਨਾਂ ਕੋਲ ਮਾਲ, ਮੇਰਾ ਮਾਲ ਜਾਣ ਡਿਆ ਸੀ ਅਤੇ ਮਹੀਨਾ ਪਹਿਲੇ ਇਹਨਾਂ ਨੇ ਕਰ ਲਈ ਆਪਣੀ ਦੁਕਾਨ ਦਾ ਮੁਹੂਰਤ। ਮੁਹੂਰਤ ਕਰਨ ਤੋਂ ਬਾਅਦ ਇਹਨਾਂ ਨੇ ਮੇਰਾ ਫੋਨ ਚੁੱਕਣਾ ਕਰ ਦਿੱਤਾ, ਬਿਲਕੁਲ ਤੋਂ ਬਿਲਕੁਲ ਬੰਦ। ਹੁਣ ਬੰਦ ਕਰਨ ਤੋਂ ਬਾਅਦ ਮੈਂ ਇਹਨਾਂ ਦੀ ਦੁਕਾਨ 'ਤੇ 4-5 ਫੇਰੇ ਮਾਰੇ ਪੇਮੈਂਟ ਵਾਸਤੇ, ਪਰ ਇਹਨਾਂ ਨੇ ਅੱਗਿਓਂ ਦੀ ਇਹਨਾਂ ਦਾ ਮੈਨੂੰ ਗੱਲ ਕਰਨ ਦਾ ਤਰੀਕਾ ਨਹੀਂ ਸਹੀ ਲੱਗਾ ਕਿ ਜਿਵੇਂ ਉੱਪਰੋਂ ਪੈ ਰਹੇ ਸੀਗੇ ਮੇਰੇ। ਅਤੇ ਉਸ ਤੋਂ ਬਾਅਦ ਮੈਂ ਗਿਆ ਜੀ ਇਹਨਾਂ ਦੀ, ਇਹਨਾਂ ਨੇ ਅੱਜ ਉਸ ਤੋਂ ਬਾਅਦ ਮੇਰਾ ਫੋਨ ਚੁੱਕਣਾ ਬੰਦ ਕਰਤਾ। ਅੱਜ ਇਹਨਾਂ ਨੇ ਬਾਈ ਚਾਂਸ 1.5 ਮਹੀਨੇ ਬਾਅਦ ਮੈਨੂੰ ਆਹ ਫੋਨ ਕਰਕੇ ਬੁਲਾਇਆ ਕਿ ਆਓ ਜੀ ਆਪਣਾ ਹਿਸਾਬ ਕਰ ਜਾਓ। ਕਿੰਨਾ ਕੁ ਲੈਣ ਦੇਣਾ ਜੀ ਇਹਨਾਂ ਨੂੰ? ਮੇਰਾ 2,40,000 ਰੁਪਇਆ ਗਿਆ ਜੀ। ਅੱਛਾ, ਜਦੋਂ ਇਹਨਾਂ ਨੇ ਬੁਲਾਇਆ ਤਾਂ ਫਿਰ ਕੀ ਹੋਇਆ? ਮੈਂ ਗਿਆ ਆਪਣੀ, ਅਤੇ ਮੈਨੂੰ ਕਹਿੰਦੇ ਕਿ ਆਪਣਾ ਮਾਲ ਪਹਿਲੇ ਮਿਲਾਓ, 3 ਮਹੀਨਿਆਂ ਬਾਅਦ ਮਾਲ ਮਿਲਾਓ। ਅਤੇ ਮੈਂ ਇਹਨਾਂ ਨੂੰ 2 ਘੰਟੇ ਲਾ ਕੇ ਸਾਰਾ ਮਾਲ ਮਿਲਵਾ ਦਿੱਤਾ। ਮਾਲ ਮਿਲਵਾਉਣ ਤੋਂ ਬਾਅਦ ਜਦੋਂ ਮੈਂ ਇੱਕ ਵਾਰੀ ਇਹ ਮੰਗ ਕੀਤੀ ਕਿ ਭਾਅ ਜੀ ਚਲੋ ਮਾਲ ਵੀ ਮੰਗਵਾ ਦਿੱਤਾ, ਮਾਲ ਵੀ ਮਿਲਵਾ ਦਿੱਤਾ, ਹੁਣ ਥੋੜ੍ਹੀ ਜਿਹੀ ਮੇਰੀ ਪੇਮੈਂਟ ਦੀ ਵੀ ਕੀਤੀ ਜਾਏ, ਮੈਨੂੰ ਲੋੜ ਹੈਗੀ ਆ। ਅਤੇ ਕਹਿੰਦੇ ਕਿ ਕਹਿੰਦੇ ਕੋਈ ਪੇਮੈਂਟ ਨਹੀਂ ਹੈਗੀ। ਮੈਂ ਕਿਹਾ ਪੇਮੈਂਟ ਕਿਉਂ ਨਹੀਂ ਜੀ ਹੈਗੀ? ਇੰਨੀ ਗੱਲ ਮੇਰੀ ਕਹਿਣ 'ਤੇ ਮੇਰੇ ਹੱਥੀ ਪੈ ਗਏ ਨੇ। ਪਰਾਗ ਮੈਦਾਨ ਅਤੇ ਅੰਕੁਸ਼ ਮੈਦਾਨ, ਇਹਨਾਂ ਨੇ ਕੁਛ ਨਹੀਂ ਵੇਖਿਆ ਭਾਅ ਜੀ। ਇਹਨਾਂ ਦੇ ਜੂਹਾ 'ਚ ਆਇਆ, ਕੋਲ ਖੁਰਪੇ ਪਏ ਆ, ਉਹ ਲੋਹੇ ਦੀ ਰਾਡਾਂ ਪਈਆਂ, ਉਹ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਾ। ਕੋਈ ਨਹੀਂ, ਕਿਸੇ ਨੇ ਮੈਨੂੰ ਥੁੱਲੇ ਸੁੱਟਿਆ, ਧੱਕਾ ਮਾਰਿਆ, ਮੇਰੇ ਮੂੰਹ 'ਤੇ ਬੂਟ ਮਾਰੇ ਨੇ, ਮੇਰੇ ਪਿੱਠ 'ਤੇ ਰਾਡਾਂ ਮਾਰੀਆਂ, ਉੱਥੇ ਪਈਆ ਸਾਰੇ ਮੂੰਹ 'ਤੇ, ਸਿਰ 'ਤੇ, ਪਿੱਠ 'ਤੇ, ਮਤਲਬ ਹਰ ਪਾਸੇ ਮੇਰੀ ਸੱਟ ਲੱਗੀ ਹੈ ਇਸ ਵੇਲੇ। ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਭਾਈ ਮੌਕੇ 'ਤੇ ਆਈ ਹੈ, ਮੌਕੇ 'ਤੇ ਆ ਕੇ ਉਹਨੇ ਮੌਕੇ 'ਤੇ ਪਹਿਲੇ ਜਾਇਜ਼ਾ ਲਿੱਤਾ ਅਤੇ ਆਪਣੀ ਚੌਂਕੀ ਲੈ ਕੇ ਗਈ ਹੈ ਉਹਨੂੰ। ਮੰਗ ਭਾਅ ਜੀ ਮੈਂ ਇਨਸਾਫ ਦੀ ਕਰਦਾ ਕਿ ਦੱਸੋ, ਮੈਂ ਇੱਕ ਵਪਾਰਕ ਹੋਣ ਨਾਤੇ ਮੈਂ ਆਪਣੇ ਪੈਸੇ ਮੰਗ ਲਏ, ਦੱਸੋ ਜੇ ਇਹ ਹਾਲ ਹੈ ਤਾਂ ਵਪਾਰੀਆਂ ਦਾ ਹੌਂਸਲਾ ਕਿੱਥੇ ਜਾਏਗਾ ਵਪਾਰ ਕਰਨ ਦਾ? ਹਾਂਜੀ ਭਾਅ ਜੀ, ਆਪਣਾ ਨਾਮ ਦੱਸ ਕੇ ਕੰਪਨੀ ਦਾ ਨਾਮ ਏਐਸਸੀ ਜੁਗਲ ਕਿਸ਼ੋਰ ਚੌਂਕ ਬਲਕਲਾ। ਕੀ ਜੇ ਸਾਰਾ ਮਸਲਾ ਜਿਹੜਾ ਕਿ ਇੱਕ ਵਪਾਰੀ ਵੱਲੋਂ ਕੰਪਲੇਂਟ ਕੀਤੀ ਗਈ ਆ? ਸਾਡੇ ਏਰੀਏ 'ਚ, ਇੰਡਸਟਰੀ ਏਰੀਏ 'ਚ ਨਾ ਇੱਕ ਭਗਵਤੀ ਮਿਠਾਈ ਦੀ ਫੈਕਟਰੀ ਆ, ਜੋ ਹੈਗੀ ਆ ਪਰਾਗ ਜੈਨ ਦੀ ਨਾਂ 'ਤੇ, ਪੁੱਤਰ ਜਗਦੀਸ਼ ਰਾਏ, ਰਿਸ਼ਭ ਅਗਰਵਾਲ ਆ, ਪੁੱਤਰ ਸੰਜੀਵ ਅਗਰਵਾਲ ਹੈ, ਵਾਸੀ ਮੋਹਣੀ ਚੌਂਕ ਨਜ਼ਦੀਕ ਰਾਮਗੜੀਆ ਗੇਟ ਅੰਮ੍ਰਿਤਸਰ। ਇਹਨਾਂ ਨੇ ਉਹਨਾਂ ਕੋਲ ਪੈਸੇ ਲੈਣੇ ਸੀ ਰਿਸ਼ਭ ਨੇ, ਕੋਈ ਮਸ਼ੀਨਾਂ ਦੇ ਕੁਛ ਟ੍ਰਿਆ ਵਗੈਰਾ, ਮਤਲਬ ਬਰਤਨ ਬੁਰਤਨ ਲਏ ਸੀ ਇਹਨਾਂ ਨੇ ਉਦੋਂ। ਤੋ ਚਲੋ ਜੇ ਸਾਨੂੰ ਇਨਫੋਰਮੇਸ਼ਨ ਮਿਲੀ, ਤਗੜਾ ਆ ਉੱਥੇ ਗਏ ਆ, ਉੱਥੇ ਯਾਰ ਰਿਸ਼ਭ ਸੀਗਾ, ਉਹਦੇ ਵੀ ਨੱਕ 'ਚੋਂ ਕਾਫੀ ਖੂਨ ਵਗ ਰਿਹਾ ਸੀਗਾ, ਅਤੇ ਜਿਹੜਾ ਪਰਾਗ ਸੀ ਉਹਦੇ ਵੀ ਇੱਥੇ ਆਉਂਦਾ ਮੇਰੇ ਇੱਥੇ ਕੁਛ ਮਜ਼ਬੂਤੀ ਚੀਜ਼, ਅਤੇ ਦੋਨਾਂ ਪਾਰਟੀਆਂ ਨੂੰ ਹੋਸਪਿਟਲ ਕੱਲ੍ਹ ਭੇਜਤਾ। ਰਿਸ਼ਭ ਮਹਾਜਨ ਵੱਲੋਂ ਕਹਿਣਾ ਵੀ ਉਹ ਕੋਈ 2.5 ਲੱਖ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਪੈਸੇ ਲੈਣ ਆਏ, ਇਹ ਬੁਲਾਇਆ ਗਿਆ ਇਹਦੇ ਹਮਲਾ ਕੀਤਾ ਗਿਆ। ਰਿਸ਼ਭ ਮਹਾਜਨ ਜਿਹੜਾ ਰਿਸ਼ਭ ਅਗਰਵਾਲ ਅਗਰਵਾਲ ਉਹਨੇ ਪੈਸੇ ਲੈਣੇ ਸੀ ਇਹਨਾਂ ਕੋਲ, ਇਹਦੇ ਕਹਿਣ ਮੁਤਾਬਕ। ਕਿੰਨੇ ਕੁ ਪੈਸੇ ਦਾ ਲੈਣ ਦੇਣ? ਉਹ 1.5-2 ਲੱਖ ਦਾ ਕਹਿ ਰਹੇ ਜੀ। ਬਰਤਨ ਜੀ ਹੁੰਦੇ, ਟ੍ਰੇਆਂ ਹੁੰਦੀਆਂ ਜਿਹੜੇ ਭਾਂ ਉਹਦੀਆਂ, ਮਤਲਬ ਹਲਵਾਈ ਦੇ ਕੰਮਾਂ ਦੀ ਵਰਤੀ ਜਾਂਦੀਆਂ ਟ੍ਰੇਆਂ, ਕੋਈ ਮਸ਼ੀਨ ਸੀ ਕੋਈ ਗ੍ਰੈਂਡ ਵਾਲੀ, ਉਹਦੇ ਪੈਸੇ ਸੀਗੇ। ਇਹ ਕਹਿੰਦਾ ਮੈਂ ਪੈਸੇ ਲੈਣ ਆਇਆ ਸੀਗਾ ਅਤੇ ਮੇਰੇ ਗੱਲ ਪੈ ਗਏ ਆ, ਅਤੇ ਉਹ ਕਹਿੰਦੇ ਵੀ ਇਹ ਸਾਡੇ ਗੱਲ ਪੈ ਗਿਆ, ਮਤਲਬ ਲੜਾਈ ਉੱਥੇ ਹੋਈ ਹੈ ਜੀ। ਕਾਰਵਾਈ ਸਰ ਕੱਲ੍ਹ ਦੇ ਰਿਜ਼ਲਟ ਦਿੱਤੇ ਇਹਨਾਂ ਨੂੰ, ਆਪਣੇ ਡਾਕਟਰ ਕੱਟ ਕੇ ਦਿੱਤਾ, ਇਹਨਾਂ ਦਾ ਕੋਈ ਮੈਡੀਕਲ ਆਏਗਾ ਜਿੱਦੀ ਬਣਦੀ ਕਾਰਵਾਈ ਕਰ ਦਾਂਗੇ।